ਚੜ੍ਹਦੀ ਕਲਾ ਚ ਮੰਨੇ ਜਾਂਦੇ। ਪਿਆਰਿਓ, ਸਾਡਾ ਭਰੋਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਪਰ ਹੈ। ਬਾਬਾ ਜੀ ਨੇ ਸਾਨੂੰ ਪੜ੍ਹਾਇਆ ਕਿ ਸੰਤ ਸ਼ਹੀਦ ਨਹੀਂ ਹੋਏ, ਉਹ ਆਉਣਗੇ। ਆਉਣ ਵਾਲੇ ਸਮੇਂ ਬਾਰੇ ਨਾ ਤਾਂ ਬਾਬਾ ਜੀ ਨੇ ਦੱਸਿਆ, ਨਾ ਸੰਤਾਂ ਨੇ ਦੱਸਿਆ। ਆਉਣ ਵਾਲੇ ਸਮੇਂ ਬਾਰੇ ਜਾਂ ਤਾਂ ਅਕਾਲ ਪੁਰਖ ਨੂੰ ਪਤਾ, ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਨੂੰ ਸੱਚੇ ਪਾਤਸ਼ਾਹ ਨੂੰ ਪਤਾ, ਜਾਂ ਮਹਾਂਪੁਰਖਾਂ ਨੂੰ ਪਤਾ ਕਿ ਕਦੋਂ ਆਉਣਾ। ਆਉਣ ਵਾਲੇ ਸਮੇਂ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ। ਦੋ ਤਿੰਨ ਮਿਸਾਲਾਂ ਇਹਦੀਆਂ। ਜੇਕਰ ਆਪਾਂ ਸੰਤਾਂ ਦੇ ਬਾਰੇ ਝੂਠੀ ਅਫਵਾਹ ਡਾ ਦਈਏ ਨਾ ਕਿ ਫਲਾਣੇ ਗੁਰਦੁਆਰੇ ਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਨੇ ਆਉਣਾ, CRP ਦਾ ਪਹਿਰਾ ਲੱਗੂਗਾ, ਪੰਜਾਬ ਪੁਲਿਸ ਦਾ ਪਹਿਰਾ ਲੱਗੂਗਾ, ਮਿਲਟਰੀ ਦਾ ਪਹਿਰਾ ਲੱਗੂਗਾ, ਉਹ ਪਹਿਰੇ ਕਿਉਂ ਲੱਗਦੇ ਆ? ਜੇਕਰ ਸੰਤ ਸ਼ਹੀਦ ਹੋਏ ਆ ਫਿਰ ਉਸ ਜਗ੍ਹਾ ਤੇ ਪਹਿਰੇ ਕੋ ਲੱਗਦੇ ਆ? ਇੰਦਰਾ ਗਾਂਧੀ ਸਿੰਘਾਂ ਨੇ ਮਾਰਤੇ, ਸਾਰੀ ਦੁਨੀਆਂ ਤੇ ਅਨਾਉਂਸਮੈਂਟ ਕਰ ਦਿਓ ਕਿ ਫਲਾਣੇ ਦਿਨ ਇੰਦਰਾ ਗਾਂਧੀ ਨੇ ਆਉਣਾ, ਕੋਈ ਨੀ ਮੰਨੂਗਾ। ਸੰਤਾਂ ਦੀ ਸ਼ਹੀਦੀ ਦਾ ਪਿਆਰੂ ਕਿਸੇ ਕੋਲੇ ਕੋਈ ਸਬੂਤ ਨਹੀਂ। ਇਸ ਕਰਕੇ ਆਪਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਪਰ ਭਰੋਸਾ ਰੱਖ ਕਰਕੇ ਆਪਾਂ ਨੂੰ ਦੋਨੇ ਟਾਈਮ ਦੇ ਤਰੇਮ ਤੋਂ ਬਾਅਦ ਅਰਦਾਸ ਕਰਨੀ ਚਾਹੀਦੀ ਆ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਖ ਜਿੱਥੇ ਵੀ ਸਮੇਤ ਸਿੰਘਾਂ ਦੇ ਹਨ, ਉਹਨਾਂ ਦੀ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਰਨੀ। ਆਪਾਂ ਚੜ੍ਹਦੀ ਕਲਾ ਦੀ ਅਰਦਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤੋਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ। ਸਾਰੀਆਂ ਸੰਗਤਾਂ ਦਾ, ਸਰਬੱਤ ਜਥੇ ਦੇ ਸਿੰਘਾਂ ਵੱਲੋਂ ਤਹਿ ਦਿਲ ਨੂੰ ਧੰਨਵਾਦ। ਇੱਕ ਇੱਕ ਤੁਹਾਡਾ ਆਇਆ ਕਦਮ ਸਾਰੇ ਜਥੇ ਦੇ ਸਿੰਘਾਂ ਦੇ ਸਿਰ ਮੱਥੇ ਤੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਪਰ ਬਾਅਦ ਵਿੱਚ ਬਹੁਤ ਸਾਰੀਆਂ ਪੂਰਨਤਾਈਆਂ ਰਹਿ ਗਈਆਂ ਹੋਣਗੀਆਂ। ਲੰਗਰ ਦੇ ਵਿੱਚ, ਸਤਿਕਾਰ ਦੇ ਵਿੱਚ, ਪੰਡਾਲ ਦੇ ਵਿੱਚ, ਸਤਿਕਾਰ ਦੇ ਵਿੱਚ ਬਹੁਤ ਸਾਰੀਆਂ ਭੁੱਲਾਂ ਤਰੁੱਟੀਆਂ ਜ਼ਰੂਰ ਰਹਿ ਗਈਆਂ ਹੋਣਗੀਆਂ। ਇਹਨਾਂ ਭੁੱਲਾਂ ਤਰੁੱਟੀਆਂ ਨੂੰ ਨਾਚ ਤਰਦੇ ਹੋਏ ਖਿਮਾ ਬਖਸ਼ ਦੇਣੀ, ਅੱਗੇ ਵਾਸਤੇ ਸਮਤ ਬਖਸ਼ਣੀ। ਸਾਡਾ ਜਾਤੀ ਤੌਰ ਤੇ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ, ਧੁੰਮੇ ਤੋਂ ਲੈਣਾ ਨਹੀਂ, ਰਾਮ ਸਿੰਘ ਦਾ ਕੁਛ ਦੇਣਾ ਨਹੀਂ। ਇਹ ਪਿਆਰੂ ਸਿਧਾਂਤ ਦੀ ਲੜਾਈ ਆ, ਧੁੰਮਾ ਏਜੰਸੀਆਂ ਦਾ ਜੰਟਿਆ, ਪ੍ਰਾਪਤ ਸਮੇਂ ਤੋਂ ਜੰਟਿਆ, ਲੰਮੇ ਸਮੇਂ ਤੋਂ ਜੰਟਿਆ, ਤੇ ਜਿਹੜਾ ਹੈਗਾ ਰਾਮ ਸਿੰਘ ਇਹਨੂੰ ਗਿੱਦੜ ਕਹਿ ਦਿਓ ਤੋ ਕੋਈ ਆਤਕ ਨਹੀਂ ਗਾ ਨਹੀਂ। ਬਹੁਤ ਜ਼ਿਆਦਾ ਡਰਪੋਕ ਬੰਦਾ, ਬਹੁਤ ਹੀ ਜ਼ਿਆਦਾ ਡਰਪੋਕ ਬੰਦਾ, ਤੇ ਜਿਹੜੀ ਇਹ ਜਥੇਬੰਦੀ ਆ ਇਹ ਪਿਆਰੂ ਸ਼ਹੀਦਾਂ ਦੀ ਮਿਸਲ ਆ। ਸ਼ਹੀਦਾਂ ਦੀ ਮਿਸਲ ਦੇ ਵਿੱਚ ਸ਼ੇਰ ਹੁੰਦੇ ਆ, ਗਿੱਦੜ ਨਹੀਂ। ਇਹ ਗਿੱਦੜ ਨਾਲੋਂ ਵੀ ਜ਼ਿਆਦਾ ਡਰਪੋਕ ਆ, ਇਹ ਪੈਸੇ ਦਾ ਬਹੁਤ ਜ਼ਿਆਦਾ ਲਾਲਚੀ ਆ। ਮੇਰਾ ਕੋਈ ਵੈਰ ਵਿਰੋਧ ਨਹੀਂ, ਇਹ ਬਾਹਰ ਕਥਾ ਕਰਨ ਵਾਸਤੇ ਜਾਂਦਾ ਸਟੇਜਾਂ ਵਾਲੇ ਪ੍ਰਬੰਧਕਾਂ ਦੇ ਨਾਲ ਠੇਕਾ ਕਰਕੇ ਕਿ ਮੈਂ ਹਫ਼ਤਾ ਕਥਾ ਕਰਨੀ ਤੇ ਮੈਨੂੰ ਇੰਨੇ ਡਾਲਰ ਦਿਓ। ਸਿੱਖ ਦਾ ਕਿਸੇ ਵੀ ਕੰਮ ਦੇ ਨਾਲ ਠੇਕਾ ਨਹੀਂ ਹੁੰਦਾ, ਇਹ ਆ ਧਰਮ ਦੇ ਠੇਕੇਦਾਰ, ਕਥਾ ਦੇ ਠੇਕੇਦਾਰ, ਪ੍ਰਚਾਰ ਦੇ ਠੇਕੇਦਾਰ। ਇਹਨਾਂ ਠੇਕੇਦਾਰਾਂ ਦਾ ਜਥੇਬੰਦੀ ਦੇ ਨਾਲ ਕੋਈ ਵੀ ਸੰਬੰਧ ਨਹੀਂ, ਪਰਿਵਾਰ ਦੇ ਨਾਲ ਸੰਬੰਧ, ਮਾਇਆ ਦੇ ਨਾਲ ਸੰਬੰਧ, ਤੇ ਲੋਕਾਂ ਨੂੰ ਭਰਮ ਦੇ ਵਿੱਚ ਪਾਉਣ ਦੇ ਨਾਲ ਸੰਬੰਧ ਆ। ਇਸ ਕਰਕੇ ਸਿੱਖ ਜਿਹੜਾ ਹੁੰਦਾ ਉਹਦਾ ਸਿੱਖੀ ਰਹਿਤ ਪ੍ਰਜਾਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਸੰਬੰਧ ਹੁੰਦਾ। ਇਸ ਕਰਕੇ ਸੱਚ ਬੋਲਣਾ ਪਿਆਰੂ ਬੜਾ ਔਖਾ, ਸੱਚ ਸੁਣਨਾ ਬੜਾ ਔਖਾ, ਤੇ ਸੱਚੇ ਰਸਤੇ ਤੇ ਚੱਲਣਾ ਵੀ ਬੜਾ ਔਖਾ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਸੱਚ ਨਾ ਹੋਏ ਉਹਨਾਂ ਨੂੰ ਸੱਚੀਆਂ ਗੱਲਾਂ ਬੜੀਆਂ ਕੌੜੀਆਂ ਲੱਗਦੀਆਂ। ਇਹ ਮੇਰੇ ਕਹਿਣ ਦੀ ਗੱਲ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਵਚਨ ਹਨ। ਜਿਨ੍ਹਾਂ ਅੰਦਰ ਕੂੜ ਵਰਤਾ
ਸੱਚ ਨਾ ਭਾਵਈ, ਜੇ ਕੋ ਬੋਲਾ ਸੱਚਾ ਕੂੜਾ ਜਲ ਜਾਵਈ, ਕੂੜ ਯਾਰੀ ਰੱਜਾ ਕੂੜ ਜਿਉ ਕਾਗ ਵਿਸਤਾ ਖਾਵਈ। ਉਹਨਾਂ ਦੀ ਤ੍ਰਿਪਤੀ ਉਦੋਂ ਹੁੰਦੀ ਆ ਜਦੋਂ ਉਹ ਨਿੰਦਿਆ ਰੂਪੇ ਵਿਸਤਾ ਖਾ ਲੈਂਦੇ। ਫਿਰ ਤੁਸੀਂ ਕਹੋਗੇ ਤੁਸੀਂ ਵੀ ਨਿੰਦਿਆ ਕਰਦੇ, ਪਿਆਰੋ ਇਹ ਨਿੰਦਿਆ ਨਹੀਂ, ਸੱਚ ਨਿੰਦਿਆ ਨਹੀਂ ਹੁੰਦੇ। ਨਿੰਦਿਆ ਉਹ ਹੁੰਦੀ ਆ ਹੋਣਾ ਬੰਦੇ ਵਿੱਚ ਗੌਣਾ ਤੇ ਕਹਿਣੇ ਔਗਣਾ, ਹੋਣੇ ਔਗਣ ਤੇ ਕਹਿ ਦੇਣੇ ਗੁਣ, ਉਹ ਪਿਆਰੋ ਨਿੰਦਾ ਹੁੰਦੀ ਆ। ਇਹ ਸੱਚ ਆ ਕਿ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਆ, ਉਹ ਗਿੱਦੜ ਵਾਂਗੂ ਕਹਿ ਰਿਹਾ ਡਰਪੋਕ ਆ, ਤੇ ਜਿਹੜਾ ਟਕਸਾਲ ਦਾ ਮੁਖੀ ਹੁੰਦਾ ਨਾ ਉਹ ਸਰਕਾਰ ਦੇ ਨਾਲ ਮੱਥਾ ਲਾਉਂਦਾ ਹੁੰਦਾ, ਸਰਕਾਰ ਦੇ ਮੰਗਰ ਨਹੀਂ ਫਿਰਦਾ। ਇਸ ਕਰਕੇ ਜਿਹੜੇ ਦੋਵੇਂ ਮੁਖੀ ਆ ਉਹ ਆਪਣੀ ਡਾਉਂਡੀ ਪਿੱਟੀ ਜਾਂਦਾ ਕਿ ਰਾਮ ਸਿੰਘ ਮੁਖੀ ਆ, ਧੁੰਮਾ ਆਪਣੀ ਪਿੱਟੀ ਜਾਂਦਾ ਕਿ ਮੈਂ ਮੁਖੀ ਆ। ਇਹਨਾਂ ਦੋਨਾਂ ਦੇ ਵਿੱਚੋਂ ਵਿਦਿਆਰਥੀਆਂ ਵਰਗਾ ਵੀ ਕਿਸੇ ਦਾ ਜੀਵਨ ਨਹੀਂ। ਵਿਦਿਆਰਥੀ ਸਨ ਅਮਰ ਸ਼ਹੀਦ ਭਾਈ ਅਮਰੀਕ ਸਿੰਘ, ਵਿਦਿਆਰਥੀ ਸਨ ਦਲਬੀਰ ਸਿੰਘ ਅਭਿਆਸੀ, ਵਿਦਿਆਰਥੀ ਸਨ ਕਾਬਲ ਸਿੰਘ ਮਲਕਟੋਰੇ ਵਾਲੇ, ਵਿਦਿਆਰਥੀ ਸਨ ਸੁਰਿੰਦਰ ਸਿੰਘ ਸੋਢੀ। ਕਿੰਨੇ ਕੁ ਵਿਦਿਆਰਥੀਆਂ ਦਾ ਜ਼ਿਕਰ ਕਰੀਏ, ਉਹ ਸਨ ਟਕਸਾਲ ਦੇ ਵਿਦਿਆਰਥੀ ਜਿਨ੍ਹਾਂ ਦੇ ਅੰਦਰ ਜ਼ਿੰਦਗੀ ਦੀ ਖੈਰ ਮੰਗਣ ਵਾਸਤੇ ਡਰ ਨਹੀਂ, ਮੌਤ ਦਾ ਡਰ ਨਹੀਂ, ਮੌਤ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ। ਉਹਨਾਂ ਦਾ ਨਾਮ ਹੈ ਟਕਸਾਲ ਦੇ ਵਿਦਿਆਰਥੀ। ਟਕਸਾਲ ਦੇ ਵਿਦਿਆਰਥੀ ਬਣਨਾ ਪਿਆਰੂ ਬੜਾ ਕਠਿਨ ਆ, ਮੁਖੀ ਦੀ ਤੇ ਗੱਲ ਪਰੇ ਦੀ ਹੁੰਦੀ ਹੈ। ਇਸ ਕਰਕੇ ਆਪਾਂ ਇਹਨਾਂ ਨੂੰ ਮੁਖੀ ਨਹੀਂ ਕਹਿਣਾ। ਮੈਂ ਕਦੇ ਇਹ ਵੀ ਨਹੀਂ ਕਿਸੇ ਨੂੰ ਕਿਹਾ ਕਿ ਤੁਸੀਂ ਰਾਮ ਸਿੰਘ ਕੋਲੇ ਨਾ ਜਾਓ ਜਾਂ ਧੁੰਮੇ ਕੋਲੇ ਨਾ ਜਾਓ। ਆਪਾਂ ਸ਼ਰੇਆਮ ਸਪੱਟ ਗੱਲ ਕਹਿੰਦੇ ਹਾਂ ਕਿ ਰਾਮ ਸਿੰਘ ਤੇ ਧੁੰਮਾ ਦੋਵੇਂ ਝੂਠੇ ਆ, ਧੁੰਮਾ ਸਰਕਾਰ ਦਾ, ਰਾਮ ਸਿੰਘ ਪਰਿਵਾਰ ਦਾ, ਤੇ ਜਿਹੜਾ ਸੰਤ ਜਰਨੈਲ ਸਿੰਘ ਆ ਉਹ ਦਮਦਮੀ ਟਕਸਾਲ ਦੇ 14ਵੇਂ ਮੁਖੀ ਆ। ਟਕਸਾਲ ਦਾ ਇੱਕ ਸਿਧਾਂਤ ਹੈ, ਆਪਣਾ ਸਰੀਰ ਛੱਡਣ ਤੋਂ ਪਹਿਲਾਂ ਆਉਣ ਵਾਲੇ ਮੁਖੀ ਦੀ ਦਸਤਾਰ ਬੰਦੀ ਵਿਸ਼ੇਸ਼ ਸੰਗਤਾਂ ਦੇ ਇਕੱਠ ਵਿੱਚ ਆਪਣੇ ਹੱਥੀ ਕਰਨੀ, ਦਸਤਾਰ ਬੰਦੀ ਕਰਕੇ ਉਹਦੇ ਨਾਲ ਵਿਚਰ ਕਰਕੇ ਤੇ ਆਪਣਾ ਸਰੀਰ ਤਿਆਗਣਾ। ਇਹ ਟਕਸਾਲ ਦੇ ਮੁਖੀ ਦਾ ਇੱਕ ਟਕਸਾਲ ਦਾ ਸਿਧਾਂਤ ਹੈ। ਅਜੇ ਦਸਤਾਰ ਬੰਦੀ ਪਿਆਰੂ ਕਿਸੇ ਨੂੰ ਨਹੀਂ ਹੋਈ। ਇੱਕ ਵਾਰ ਮੋਹਕਮ ਸਿੰਘ ਆਇਆ ਸੀ ਬਾਬਾ ਜੀ ਦੇ ਕੋਲੇ ਕਿ ਬਾਬਾ ਜੀ ਦਸਤਾਰ ਬਾਰੇ ਦੱਸੋ। ਉਸ ਟਾਈਮ ਤੇ ਬਾਬਾ ਜੀ ਨੇ ਮੋਹਕਮ ਸਿੰਘ ਨੂੰ ਕਿਹਾ ਕਿ ਮੋਹਕਮ ਸਿੰਘ ਮੇਰੇ ਕੋਲੇ ਮੇਰੀ ਪੱਗ ਆ, ਅੱਧੀ ਪਾੜ ਕੇ ਆਪਣੇ ਸਿਰ ਤੇ ਬੰਨਣਾ ਤੇ ਅੱਧੀ ਰਾਮ ਸਿੰਘ ਨੂੰ ਮੰਨਦੇ। ਰਾਮ ਸਿੰਘ ਬੜੇ ਲੰਬੇ ਸਮੇਂ ਤੋਂ ਇਸ ਕਿਹਾ ਪੱਗਦਾ। ਇਹ ਅੰਮ੍ਰਿਤਸਰ ਬਿਲਡਿੰਗ ਦੀ ਉੱਪਰਲੀ ਛੱਤ ਦੀ ਗੱਲ ਆ। ਮੋਹਕਮ ਸਿੰਘ ਨੂੰ ਬਾਬਾ ਜੀ ਨੇ ਬਚਨ ਕਿਹਾ ਕਿ ਮੋਹਕਮ ਸਿੰਘ ਮੇਰੇ ਕੋਲੇ ਮੇਰੀ ਪੱਗ ਆ, ਟਕਸਾਲ ਦੀ ਪੱਗ ਨਹੀਂ, ਆ ਲੈ ਅੱਧੀ ਪਾੜ ਕੇ ਤੂੰ ਬੰਨਣਾ, ਅੱਧੀ ਪਾੜ ਕੇ ਰਾਮ ਸਿੰਘ ਦੇ ਬਣਦੇ। ਇਸ ਕਰਕੇ ਉਹਨਾਂ ਨੇ ਇਹ ਬਚਨ ਕਹਿ ਸਨ ਕਿ ਮੇਰੇ ਕੋਲੇ ਟਕਸਾਲ ਦੀ ਪੱਗ ਨਹੀਂ, ਟਕਸਾਲ ਦੀ ਪੱਗ ਆ ਸੰਤ ਜਰਨੈਲ ਸਿੰਘ ਮਹਾਂਪੁਰਖਾਂ ਕੋਲੇ, ਉਹ ਜਿਹਨੂੰ ਮਰਜ਼ੀ ਦੇਣਾ ਤੇ ਉਹਨਾਂ ਦੇ ਆਪਾਂ ਆਉਣ ਦੇ ਸਮੇਂ ਦੀ ਉਡੀਕ ਕਰੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਨਿਤ ਨੇਮ ਕਰਨ ਤੋਂ ਬਾਅਦ ਦੋਨੇ ਟਾਈਮ ਅਰਦਾਸ ਬੇਨਤੀ ਕਰਿਆ ਕਰੀਏ ਕਿ ਸੱਚੇ ਪਾਤਸ਼ਾਹ ਜਿੱਥੇ ਵੀ ਹੋਣ ਸਮੇਤ ਸਿੰਘਾਂ ਦੇ ਉਹਨਾਂ ਦੀ ਚੜ੍ਹਦੀ ਕਲਾ ਕਰਨੀ। ਤਾਂ ਹੀ ਆਪਾਂ ਪਿਆਰਿਓ ਸੰਤਾਂ ਦੀਆਂ ਖੁਸ਼ੀਆਂ, ਬਾਬਾ ਜੀ ਦੀਆਂ ਖੁਸ਼ੀਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਤੋਂ ਹੋਈ ਭੁੱਲ ਚੁੱਕ ਦੀ ਖਿਮਾ ਅੱਗੇ ਵਾਸਤੇ ਸਮਤ ਬਖਸ਼ਣੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਪੜ੍ਹੀ ਗੁਰਬਾਣੀ ਕੀਰਤਨ ਗੁਰਮਤਿ ਵਿਚਾਰ ਦਾ ਮਹੱਤਵ ਆਪਣੇ ਸਾਰੇ ਹੀ
ਕਲਯੁਗੀ ਦੀਵਾਂ ਦੀ ਹਿਰਦਿਆਂ ਤੇ ਵਸਾਉਣ, ਤਾਂ ਕਿ ਆਪਣਾ ਸਾਰਿਆਂ ਦਾ ਇਹ ਲੋਕ ਸੁਖੀਏ ਪਰਲੋਕ ਸਹੇਲੇ ਨਾਲ ਕਰ ਪ੍ਰਭ ਆਪੇ ਮੇਲੇ ਦੀ ਦਾਤ ਨੂੰ ਆਪਾਂ ਸਾਰੇ ਪ੍ਰਾਪਤ ਕਰ ਸਕੀਦੀ। ਇੱਕ ਬੇਨਤੀ ਜ਼ਰੂਰ ਕਰਨੀ ਭੁੱਲ ਗਿਆ, 3 ਮਹੀਨੇ 21 ਦਿਨ ਗਮਕਾਲੀ ਦੀ ਜੇਲ੍ਹ ਵਿੱਚ ਰਹੇ ਹਾਂ। ਕੁਝ ਪ੍ਰੇਮੀਆਂ ਨੇ ਆਪਣੇ ਸਵਾਰਥ ਵਾਸਤੇ ਅਮਰੀਕਾ, ਕੈਨੇਡਾ ਤੇ ਇੰਗਲੈਂਡ ਦੇ ਵਿੱਚ ਇਹ ਗੱਲ ਫੈਲਾਈ ਹੈ ਕਿ ਅਮਰੀਕ ਸਿੰਘ ਨੇ ਧੂਮੇ ਦੇ ਨਾਲ ਸੁਲਾਹ ਕਰ ਲਈ ਹੈ। ਕੋਈ ਬੰਦਾ ਸਿੱਧ ਕਰ ਦੇਵੇ ਕਿ ਅਮਰੀਕ ਸਿੰਘ ਨੇ ਧੂਮੇ ਦੇ ਨਾਲ ਸੁਲਾਹ ਕੀਤੀ ਤੇ ਜੁੱਤੀਆਂ ਸੰਗਤ ਦੀਆਂ ਤੇ ਸਿਰ ਮੇਰਾ ਹੋਊਗਾ। ਕੋਈ ਬੰਦਾ ਇਹ ਸਿੱਧ ਕਰ ਦੇਵੇ ਕਿ ਫਲਾਣੇ ਬੰਦੇ ਨੇ ਖਲਾਈ ਫਲਾਣੀ ਜਗ੍ਹਾ ਤੇ ਕੀਤੀ ਆ ਜੁੱਤੀਆਂ ਸੰਗਤ ਦੀਆਂ ਟਕਸਾਲ ਦੇ ਵਿਦਾਰਥੀ ਸਿੰਘਾਂ ਦੀਆਂ ਤੇ ਸਿਰ ਮੇਰਾ ਹੋਊਗਾ। ਜੇਕਰ ਮਨ ਦੇ ਵਿੱਚ ਕਦੇ ਫੁਰਨਾ ਵੀ ਲਿਆਂਦਾ ਹੋਵੇ ਕਿ ਰਾਮ ਸਿੰਘ ਤੇ ਧੂਮੇ ਦੇ ਨਾਲ ਆਪਾਂ ਸੁਲਾਹ ਕਰਨੀ ਆ, ਅਮਰੀਕ ਸਿੰਘ ਨੂੰ ਨਰਕਾਂ 'ਚ ਵੀ ਥਾਂ ਨਾ ਮਿਲੇ। ਇਸ ਕਰਕੇ ਉਹਨਾਂ ਲੋਕਾਂ ਨੇ ਆਪਣੇ ਸਵਾਰਥ ਵਾਸਤੇ ਫੋਰਨ ਕੰਟਰੀਆਂ ਦੇ ਵਿੱਚ ਪ੍ਰਚਾਰ ਕੀਤਾ ਕਿ ਜਦੋਂ ਅਮਰੀਕ ਸਿੰਘ ਮਟਾਲੇ ਜੇਲ੍ਹ ਦੇ ਵਿੱਚ ਸੀ ਉਦੋਂ ਇਹਨੇ ਧੂਮੇ ਦੇ ਨਾਲ ਰਾਜੀਨਾਮਾ ਕਰ ਲਿਆ। ਪਿਆਰਿਓ, ਇੱਕ ਇਖਲਾਕ ਤੋਂ ਗਿਰੇ ਬੰਦੇ ਦੇ ਨਾਲ ਅਸੀਂ ਰਾਜੀਨਾਮਾ ਕਰ ਲਈ, ਇਹ ਗੱਲ ਬਣਦੀ ਨਹੀਂ। ਇਸ ਕਰਕੇ ਇਹ ਬੇਨਤੀ ਸੰਗਤ ਦੇ ਨਾਲ ਤਾਂ ਸਾਂਝੀ ਕੀਤੀ ਆ ਕਿ ਉਹ ਆਪਣੇ ਸਵਾਰਥ ਨੂੰ ਮੁੱਖ ਰੱਖ ਕਰਕੇ ਇਹ ਗਲਤ ਭੰਡੀ ਪ੍ਰਚਾਰ ਕਰਦੀ। ਕੋਈ ਬੰਦਾ, ਕੋਈ ਵੀ ਗੁਰਮੁਖ ਪਿਆਰਾ ਸਿੱਧ ਕਰਦਾ ਵੇ ਕਿ ਕਿਸ ਥਾਂ ਤੇ, ਕਿਸ ਟਾਈਮ ਤੇ, ਕਿਸ ਬੰਦੇ ਦੇ ਰਾਹੀਂ ਮੇਰੀ ਉਹਦੇ ਨਾਲ ਸੁਲਾਹ ਹੋਈ ਆ, ਸਾਰੀ ਸੰਗਤ ਦੀਆਂ ਜੁੱਤੀਆਂ ਹੋਣਗੀਆਂ ਤੇ ਸਿਰ ਮੇਰਾ ਹੋਊਗਾ। ਕੋਈ ਵੀ ਬੰਦਾ ਕਦੋਂ ਵੀ ਸਿੱਧ ਕਰਦੇ, ਸਾਰਿਆਂ ਨੂੰ ਬੇਨਤੀ ਆ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਤੋਂ ਹੋਈ ਭੁੱਲ ਚੁੱਕ ਦੀ ਖਿਮਾ ਗਏ ਵਾਸਤੇ ਸਮਤ ਬਖਸ਼ਣੀ ਆਓ, ਫਤਿਹ ਬੁਲਾ ਕਰਕੇ ਸਮਾਪਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।